ਹਾਂਜੀ ਜੀ, ਇਹ ਹੈਗਾ ਸਤਲੁਜ ਦਰਿਆ, ਅਤੇ ਇਹਦੀ ਤੁਹਾਨੂੰ ਵੀਡੀਓ ਬਣਾ ਕੇ ਦੱਸ ਰਹੇ ਗਰੁੱਪ ਮੈਂਬਰੋਂ। ਕਿਆ ਜੀ? ਆ ਦੇਖੋ ਜੀ, ਇਹ ਹੈ ਸਤਲੁਜ ਦਰਿਆ ਦਾ ਪਾਣੀ ਜਿਹੜਾ ਆ ਰਿਹਾ ਨੰਗਲ ਤੋਂ, ਅਤੇ ਜਿਹੜਾ ਜੀ ਇਹ ਦਰਿਆ ਗਾ, ਇਹ ਲਗਭਗ ਜੀ ਦੋ ਭਾਗਾਂ 'ਚ ਵੰਡ ਹੋਇਆ। ਇਹਦੇ ਗੱਬੇ ਜਿਹੜਾ ਗੱਬੇ ਪਿੰਡ ਵੀ ਹੈਗੇ, ਬੇਲਾ ਰਾਮਗੜ੍ਹ ਵਗੈਰਾ ਕਈ ਪਿੰਡਾਂ 5-6 ਕੁ, ਅਤੇ ਥੱਲੇ ਵੀ ਹੈ। ਦੋ ਭਾਗਾਂ 'ਚ ਪਾਣੀ ਵੰਡ ਹੋਇਆ। ਇੰਨੇ ਦਰਿਆ ਜੀ ਦੂਜੇ ਪਾਸੇ ਹੈ, ਅਤੇ ਇਹ ਜਾ ਕੇ ਥੱਲੇ ਜਾ ਕੇ ਫਿਰ ਇਹ ਪਾਣੀ ਇਕੱਠਾ ਹੋ ਜਾਂਦਾ। ਆਹ ਦੇਖੋ ਜੀ, ਪੁਲ ਦੀ ਛੱਤ ਨੂੰ ਪਾਣੀ ਲੱਗ ਰਿਹਾ, ਪੂਰਾ ਖਤਰਾ ਹੈ ਜੀ ਪੁਲ ਨੂੰ। ਦੋ ਸਲੈਪਾਂ ਦੇ ਵਿੱਚ ਪਾਣੀ ਬਚ ਰਿਹਾ ਜੀ, ਅਤੇ ਇੱਧਰ ਆਵਾਜਾਈ ਦਾ ਜਿਹੜਾ ਸਾਧਨ ਸੀ ਉਹ ਲਗਭਗ ਬੰਦ ਹੋ ਗਿਆ ਜੀ। ਪੁਲ ਦੇ ਦੂਜੇ ਪਾਸੇ ਵੀ ਤਕਰੀਬਨ ਪਾਣੀ ਆ ਗਿਆ ਜੀ।